साबका विधायक जथेदार रणजीत सिंह तलवंडी ने अज जगराऊं फेरी दौरान विशेष गलबात करदिया कहा कि पंजाब विच सुखदेव सिंह ढींडसा की अगुवाई वाले अकाली दल के गठन तो बाद पंथक मुद्दों के हल की आस जागी है। उन्होंने कहा कि पिछलियां तीन पीढ़ियां तो अकाली दल नाल जुड़े तलवंडी परिवार नूं पार्टी छड्डन की लोड़ तां पई जदों अकाली दल ने पंथक मुद्दे छड्ड दित्ते। सानू अकाली दल दे विच दर्द की सी? मेरी तीजी पुश्त अकाली दल दे विच, मेरी मां पार्टी है। जदों पार्टी ने सारे मुद्दे ही त्यागते, अकाली दल दे सिधांत छिक्के ते टंगते, और जिहड़ी इत्थे मोगे कॉन्फ्रेंस हुई सी 1996 दे विच, ਉਹ ਜਦੋਂ ਉਹ ਪੰਜਾਬੀ ਪਾਰਟੀ ਕਨਵਰਟ ਕਰ ਦਿੱਤੀ ਗਈ ਅਕਾਲੀ ਦਲ ਤੋਂ, ਲੋਕਾਂ ਦੇ ਮਨਾਂ 'ਤੇ ਖਾਦਸ਼ਾ ਤਾਂ ਉਸੇ ਚੀਜ਼ ਦਾ ਹੀ ਸੀ ਕਿ ਕੁਛ ਨਾ ਕੁਛ ਗਲਤ ਹੋਣ ਲੱਗਿਆ, ਲੇਕਿਨ ਸਾਰੇ ਚੁੱਪ ਰਹੇ। ਲੇਕਿਨ ਆ ਹੁਣ ਆ ਕੇ ਹਰ ਇੱਕ ਆਦਮੀ ਨੂੰ ਇਹ ਤਲਾਸ਼ ਸੀ, ਹਰ ਇੱਕ ਦੇ ਮਨ ਦੇ ਵਿੱਚ ਚਾਹਤ ਸੀ ਕਿ ਅਸੀਂ ਕਿਹਦੇ ਮਗਰ ਲੱਗੀਏ। ਲੀਡਰਲੈਸ ਕੌਮ ਹੋ ਚੁੱਕੀ ਸੀ ਅਤੇ ਜਿਹੜੇ ਲੀਡਰ ਮੂਹਰੇ ਲੱਗੇ ਸੀ ਉਹ ਬਕਾਊ ਹੋ ਗਏ। उन्होंने सिखां सिधांतां नूं तलांजली देती। सो सरदार सुखदेव सिंह जी ढींडसा उन्होंने जरनैल बन के अगे खड़ के ललकारा मारिया। यही कारण है कि काफिला बढ़ता गया, लोग जुड़ते गए। हंगारा मैं तुहानूं दस ही नहीं सकदा। अज आए मेरा छेवां प्रोग्राम आ, इस लई कल नूं भी इन्ने आ, परसों नूं भी इन्ने आ। इत्थों दे नहीं, जगराऊं दा रैकोर्ड जां दाखे दे नहीं। ਕੱਲ੍ਹੋਂ ਈਸੜੂ ਤੋਂ ਸ਼ੁਰੂ ਹੋ ਕੇ ਸਰਹੰਦ ਤੋਂ ਸ਼ੁਰੂ ਹੋ ਕੇ ਪਟਿਆਲਾ, ਸਰ ਪਰਮਿੰਦਰ ਸਿੰਘ ਜੀ ਢੀਂਡਸਾ ਉਹ ਵੀ ਮੇਰੇ ਨਾਲ ਨੇ, ਅਸੀਂ ਕਰ ਰਹੇ ਹਾਂ। ਅੱਜ ਤੁਸੀਂ ਹਰ ਰੋਜ਼ ਸੁਰਖੀ 'ਚ ਪੜ੍ਹਦੇ ਹੋ ਕਿ ਤਿੰਨ ਪੁਸ਼ਤਾਂ ਦਾ ਪਰਿਵਾਰ ਅਕਾਲੀ ਦਲ ਛੱਡ ਗਿਆ। ਛੱਡਣ ਦੀ ਲੋੜ ਕਿਉਂ ਪਈ? ਕਿਉਂਕਿ ਇਹਨਾਂ ਲੋਕਾਂ ਨੇ ਅਕਾਲੀ ਦਲ ਦੀ ਹੋਂਦ ਨੂੰ ਖਤਰਾ ਪੈਦਾ ਕਰ ਦਿੱਤਾ। ਔਰ ਅਸੀਂ ਕਿਸੇ ਗੈਰ ਪਾਰਟੀ 'ਚ ਨਹੀਂ ਗਏ, ਅਸੀਂ ਉਸ ਪਾਰਟੀ ਵਿੱਚ ਗਏ ਹਾਂ ਜਿਹੜੀ ਅਸਲੀ ਸ਼੍ਰੋਮਣੀ ਅਕਾਲੀ ਦਲ ਆ। ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਂ ਲਾਇਆ। ਮੈਂ ਇਸ ਚੀਜ਼ ਦਾ ਚਸ਼ਮਦੀਦ ਗਵਾਹ ਕਿ ਸਾਨੂੰ ਇਹ ਕਿਹਾ ਜਾਂਦਾ ਸੀ ਜਦੋਂ ਕਾਨਫਰੰਸ ਹੁੰਦੀ ਸੀ ਕਿ ਜਦੋਂ ਬਾਦਲ ਸਾਹਿਬ ਨੇ ਆਉਣਾ ਹੋਵੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਰੂਰ ਕਹਿਣਾ। ਲੇਕਿਨ ਜਦੋਂ ਇਲੈਕਸ਼ਨ ਹਾਰ ਗਏ, ਇਲੈਕਸ਼ਨ 117 MLA ਦੀ ਬੁਲਾਈ ਗਈ, ਉਹ 'ਚ ਕੋਰ ਕਮੇਟੀ, ਦੂਸਰੀ ਵਰਕਿੰਗ ਕਮੇਟੀ ਬਣਾਈ ਗਈ, ਅਤੇ ਦਲਜੀਤ ਸਿੰਘ ਚੀਮਾ ਨੇ ਉੱਠ ਕੇ ਗੱਲ ਕਹੀ ਕਿ ਅੱਜ ਤੋਂ ਬਾਅਦ ਕੋਈ ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਕਹਿਣਾ, ਕਿਉਂਕਿ ਨਾ ਆਪਣੇ ਨਾਲ ਕੁੱਤੇ ਖਾਣੀ ਬਹੁਤ ਹੋ ਚੁੱਕੀ ਹੈ। ਮੈਂ ਉਸ ਮੀਟਿੰਗ 'ਚ ਸ਼ਾਮਿਲ ਸੀਗਾ। ਸੋ ਇਹ ਹਾਲਾਤ ਇਸ ਪਰਿਵਾਰ ਨੇ ਬਣਾਤੇ ਨੇ, ਇਹ 'ਚ ਲੋਕਾਂ ਦੀ ਕੋਈ ਗਲਤੀ ਨਹੀਂ। ਔਰ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੇ ਹਾਂ, ਕਿਉਂਕਿ ਗੁਰੂ ਦੀ ਗੱਲ ਲੈ ਕੇ ਚੱਲੇ ਹਾਂ। ਸਾਡੇ ਕਿਸੇ ਦੇ ਵੀ ਮਨ ਦੇ ਵਿੱਚ MLA ਬਣਦੀ, MP ਬਣਦੀ, ਇੱਥੋਂ ਤੱਕ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਹਿ ਤਾ ਕਿ ਮੈਂ ਤਾਂ ਕੋਈ ਇਲੈਕਸ਼ਨ ਹੀ ਨਹੀਂ ਲੜਨੀ, ਇੱਦੂ ਵੱਡੀ ਗੱਲ ਕੀ।